ਵਧਾਂਗੇ ਤੇ ਗੱਲ ਕਰਾਂਗੇ ਮਾਨਸਾ ਜ਼ਿਲ੍ਹੇ ਦੀ ਜਿੱਥੇ ਮੀਂਹ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਨਰਮੇ ਦੀ ਫਸਲ ਵੱਡੀ ਤਾਦਾਦ ਦੇ ਵਿੱਚ ਬਰਬਾਦ ਹੋਈ ਹੈ। ਕਿਸਾਨਾਂ ਨੇ ਖੇਤੀਬਾੜੀ ਦਫ਼ਤਰ ਦੇ ਅੱਗੇ ਧਰਨਾ ਦੇ ਕੇ ਰੋਸ ਜ਼ਾਹਿਰ ਕੀਤਾ ਪਰ ਨਰਮੇ ਦੀ ਫਸਲ ਬਾਰੇ ਹਾਲੇ ਤੱਕ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਬਠਿੰਡਾ ਤੇ ਮਾਨਸਾ ਦਾ ਇਲਾਕਾ ਨਰਮੇ ਦੀ ਮੁੱਖ ਬੈਲਟ ਵਿੱਚ ਗਿਣਿਆ ਜਾਂਦਾ ਹੈ ਪਰ ਇਸ ਵਾਰ ਇਸ ਇਲਾਕੇ ਨੂੰ ਗੁਲਾਬੀ ਸੁੰਡੀ ਦਾ ਹਮਲਾ ਚੱਲਣਾ ਪੈ ਰਿਹਾ ਹੈ। ਇਹ ਤਸਵੀਰਾਂ ਮਾਨਸਾ ਦੇ ਸਰਦੂਲਗੜ੍ਹ ਇਲਾਕੇ ਦੀਆਂ ਨੇ ਜਿੱਥੇ ਦਰਜਨ ਤੋਂ ਵੱਧ ਪਿੰਡਾਂ 'ਚ ਗੁਲਾਬੀ ਸੁੰਡੀ ਨੇ 50% ਤੋਂ ਵੱਧ ਫਸਲ ਬਰਬਾਦ ਕਰ ਦਿੱਤੀ ਹੈ ਅਤੇ ਰਹਿੰਦੀ ਖੁੰਦੀ ਫਸਲ ਮੀਂਹ ਕਰਕੇ ਤਬਾਹ ਹੋ ਚੁੱਕੀ ਹੈ। ਕਿਸਾਨਾਂ ਨੇ ਕੀਟਨਾਸ਼ਕ ਦਵਾਈਆਂ ਅਤੇ ਸਪਰੇਅ ਕਰਕੇ ਵੀ ਵੇਖ ਲਈਆਂ ਪਰ ਗੁਲਾਬੀ ਸੁੰਡੀ ਦਾ ਅਸਰ ਖਤਮ ਨਹੀਂ ਹੋ ਰਿਹਾ। ਜਿਹੜੀ ਅੱਜ ਦੀ ਬਰਸਾਤ ਪੈ ਰਹੀ ਹੈਗੀ, ਜਿਹੜਾ ਨਰਮਾ ਥੱਲੇ ਖਿੜ ਚੁੱਕਿਆ ਕਿਸਾਨਾਂ ਦਾ, ਜਿਹੜਾ ਕਿ ਚੁਗਣ ਯੋਗ ਹੋਇਆ ਪਿਆ ਸੀ, ਉਹ ਨਰਮਾ ਖਰਾਬ ਹੋ ਚੁੱਕਿਆ ਬਿਲਕੁਲ, ਕਿਉਂਕਿ ਕਾਲਾ ਹੋਊਗਾ ਜਾਂ ਟਿੰਡਿਆਂ ਦੇ ਵਿੱਚ ਵੀ ਨਰਮਾ ਹੈਗਾ, ਗਿੱਟਕਾਂ ਬਣੀਆਂ ਪਈਆਂ, ਉਹ ਚੁਗਣ ਯੋਗ ਨਹੀਂ ਰਹਿਣੀਆਂ। ਕਿਸਾਨਾਂ 'ਚ ਇਸ ਗੱਲ ਦਾ ਵੀ ਰੋਸ ਹੈ ਕਿ ਖੇਤੀਬਾੜੀ ਵਿਭਾਗ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ। ਅੱਕੇ ਥੱਕੇ ਕਿਸਾਨਾਂ ਨੇ ਖੇਤੀਬਾੜੀ ਘਰ ਦੇ ਬਾਹਰ ਵੀ ਧਰਨਾ ਲਾ ਕੇ ਵੇਖ ਲਿਆ ਪਰ ਕਿਸਾਨ ਕਹਿ ਰਹੇ ਨੇ ਕਿ ਜਾਇਜ਼ਾ ਲੈਣ ਦੀ ਗੱਲ ਤਾਂ ਦੂਰ, ਕਿਸੇ ਅਫਸਰ ਨੇ ਉਹਨਾਂ ਦਾ ਹਾਲ ਤੱਕ ਨਹੀਂ ਪੁੱਛਿਆ। ਜੋ ਗੁਲਾਬੀ ਸੁੰਡੀ ਦਾ ਅਟੈਕ ਆਪਣੇ ਬਹੁਤ ਹੀ ਜ਼ਿਆਦਾ ਪਿਆ ਹੋਇਆ ਹੈਗਾ, ਅਸੀਂ ਗੁਲਾਬੀ ਸੁੰਡੀ ਦੇ ਸੰਬੰਧ ਵਿੱਚ ਮਾਨਸਾ ਵਿਖੇ ਧਰਨਾ ਵੀ ਲਾਇਆ ਸੀਗਾ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ। ਉੱਥੇ ਅਸੀਂ ਚੀਫ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ, ਸਾਡੀ ਨਾ ਤਾਂ ਕੋਈ ਚੀਫ ਸਾਹਿਬ ਨੇ ਸੁਣੀ ਆ ਅਤੇ ਨਾ ਸਾਡੀ ਕੋਈ ਸਰਕਾਰ ਸੁਣਵਾਈ ਕਰ ਰਹੀ ਆ। ਅੱਜ ਕੱਲ੍ਹ ਪੰਜਾਬ ਦੇ ਕੁਝ ਪਰਸੈਂਟ ਇਲਾਕੇ 'ਚ ਨਰਮੇ ਦੀ ਖੇਤੀ ਹੁੰਦੀ ਹੈ ਪਰ ਗੁਲਾਬੀ ਸੁੰਡੀ ਦੇ ਹਮਲੇ ਤੇ ਮੀਂਹ ਦੀ ਮਾਰ ਨੇ ਇਸ ਵਾਰ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਕਿਸਾਨ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਗਿਰਦਾਵਰੀ ਕਰਕੇ ਉਹਨਾਂ ਨੂੰ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਉਹ ਅਗਲੇ ਸੀਜ਼ਨ ਲਈ ਵੀ ਤਿਆਰ ਹੋ ਸਕਣ। ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18। ਅੱਗੇ ਵਧਦਿਆਂ ਤੇ ਗੱਲ ਕਰਾਂਗੇ ਲੁਧਿਆਣਾ ਦੀ ਜਿੱਥੇ ਡੋਗ ਟਾਈਸਨ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨੇ ਨਵੀਂ ਜ਼ਿੰਦਗੀ ਦਿੱਤੀ ਹੈ। ਗੰਭੀਰ ਹਾਲਤ ਦੇ ਵਿੱਚ ਦੱਸ ਦਈਏ ਕਿ ਇੱਥੇ ਹਸਪਤਾਲ ਲਿਆਂਦਾ ਗਿਆ ਸੀ ਅਤੇ ਡਾਇਲਸਿਸ ਕਰਕੇ ਡੋਗ ਟਾਈਸਨ ਦੀ ਜਾਨ ਬਚਾਈ ਗਈ। ਗੁਰਦਾਸਪੁਰ ਦੇ ਵਿੱਚ ਸਰਹੱਦ ਦੇ BSF ਦੇ ਨਾਲ ਡਿਊਟੀ ਕਰ ਚੁੱਕਿਆ ਹੈ ਟਾਈਸਨ। ਟਾਈਸਨ ਨੇ ਘੁਸਪੈਠੀਆਂ ਨੂੰ ਟਰੈਕ ਵੀ ਕੀਤਾ ਸੀ ਔਰ ਡੋਗ ਟਾਈਸਨ ਨੂੰ ਹੁਣ ਸਨਮਾਨਿਤ ਵੀ ਕੀਤਾ ਜਾ ਚੁੱਕਾ ਅਤੇ ਫਿਲਹਾਲ ਜਾਨ ਬਚਾ ਲਈ ਗਈ ਹੈ ਔਰ BSF ਦੇ ਨਾਲ ਡਿਊਟੀ ਕਰ ਚੁੱਕਿਆ ਹੈ ਡੋਗ ਟਾਈਸਨ। ਤਸਵੀਰਾਂ ਵੇਖ ਸਕਦੇ ਹੋ। ਐਂਡ ਰਾਈਟ ਨਾਓ ਇਹ BSF 58 ਬਟਾਲੀਅਨ ਗੁਰਦਾਸਪੁਰ ਦੇ ਨਾਲ ਡਿਊਟੀ ਨਿਭਾ ਰਿਹਾ ਆਪਣੀ। ਪਹਿਲੇ BSF 158 ਬਟਾਲੀਅਨ ਦੇ ਨਾਲ ਸੀ, ਬਾਅਦ 'ਚ ਜਦੋਂ ਬਟਾਲੀਅਨ ਟ੍ਰਾਂਸਫਰ ਹੋਈ ਤਾਂ ਇਟ ਵਾਜ਼ ਹੈਂਡਡ ਓਵਰ ਟੂ BSF 58 ਬਟਾਲੀਅਨ ਗੁਰਦਾਸਪੁਰ। ਸੋ ਇਹ ਡੋਗ ਸਾਡੇ ਕੋਲ ਐਮਰਜੈਂਸੀ ਆਵਰਸ, ਨਾਈਟ ਆਵਰਸ, ਬੜੀ ਕ੍ਰਿਟੀਕਲ ਕੰਡੀਸ਼ਨ 'ਚ ਆਇਆ ਸੀ। ਸੋ ਇਹਦੇ ਬਾਅਦ ਇਹਦੀ ਇਵੈਲਿਊਸ਼ਨ ਕੀਤੀ ਆਪਾਂ ਟੈਸਟ ਕਰਕੇ, ਸੋ ਸਾਨੂੰ ਪਤਾ ਲੱਗਿਆ ਕਿ ਇਹਦੀ ਕਿਡਨੀ ਦੀ ਪ੍ਰੋਬਲਮ ਹੈਗੀ। ਸੋ ਆਫਟਰ ਦੈਟ ਟੈਸਟ ਹੋਏ ਲੈਬੋਰਟਰੀ ਦੇ ਸਾਰਾ ਦੇਖ ਕੇ ਅਤੇ ਇਹਨੂੰ ਐਕਿਊਟ ਯੂਰੇਮੀਆ ਸੀ, ਇਹਦਾ ਜੋ BUN ਲੈਵਲ ਸੀ ਉਹ ਯੂਰੀਆ ਦਾ ਲੈਵਲ ਮੋਰ ਦੈਨ 140 ਸੀ ਐਂਡ ਕ੍ਰੀਏਟਿਨ ਵੀ ਇਹਦਾ ਅਬਾਊਟ 6 ਸੀ। ਫਾਸਫੋਰਸ ਸੀ ਜੋ ਇਹਦਾ ਉਹ ਤਕਰੀਬਨ 17 MG/DL ਟੱਚ ਕਰ ਰਿਹਾ ਸੀ। ਸੋ ਬੜੀ ਐਕਿਊਟ ਕੰਡੀਸ਼ਨ ਸੀ ਇਹਦੀ।